ਮੈਂ ਸਮਝਦਾ ਮੋਦੀ ਸਾਹਿਬ ਟੋਟਲ ਬਕਵਾਸ 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 ਪ੍ਰਧਾਨ ਮੰਤਰੀ ਹੋਏ ਨੇ। ਜਨਵਰੀ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਵਿੱਚ ਰੈਲੀ ਕਰਨ ਜਾ ਰਹੇ ਨੇ, ਜਿਸ ਤੇ ਹੁਣ ਤੋਂ ਹੀ ਸਿਆਸਤ ਹੋਣੀ ਸ਼ੁਰੂ ਹੋ ਗਈ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਕਵਾਸ ਪ੍ਰਧਾਨ ਮੰਤਰੀ, ਇਹ ਅਸੀਂ ਨਹੀਂ ਕਹਿ ਰਹੇ, ਇਹ ਤਾਂ ਕਹਿ ਰਹੇ ਨੇ ਆਮ ਆਦਮੀ ਪਾਰਟੀ ਦੇ ਨੇਤਾ ਹਰਪਾਲ ਸਿੰਘ ਚੀਮਾ। ਕਿਸ ਲਈ ਅਤੇ ਕਿਉਂ, ਆਓ ਦੇਖਦੇ ਹਾਂ। ਦੇਖੋ, ਮੋਦੀ ਸਾਹਿਬ ਦੀ ਜਿਹੜੀ ਰੈਲੀ ਆ ਗੁਰਦਾਸਪੁਰ ਦੇ ਵਿੱਚ, ਉਹ ਹੁਣ ਰੈਲੀ ਨਹੀਂ, ਹੁਣ ਫਲੋਪ ਰੈਲੀ ਹੋਊਗੀ, ਕਿਉਂਕਿ ਮੋਦੀ ਸਾਹਿਬ ਨੇ ਵੱਡੇ ਵੱਡੇ ਵਾਅਦੇ ਕੀਤੇ ਸੀਗੇ ਦੇਸ਼ਵਾਸੀਆਂ ਨਾਲ। ਕਿਹਾ ਸੀ ਹਰ ਘਰ 'ਚ 15 ਲੱਖ ਰੁਪਈਆ ਆਊਗਾ, 2 ਕਰੋੜ ਨੌਕਰੀਆਂ ਹਰੇਕ ਸਾਲ ਜਿਹੜੀਆਂ ਹੈਗੀਆਂ ਜਨਰੇਟ ਕਰਾਂਗੇ, ਨਵੀਆਂ ਪੈਦਾ ਕਰਾਂਗੇ। ਮੈਂ ਸਮਝਦਾ ਮੋਦੀ ਸਾਹਿਬ ਟੋਟਲ ਬਕਵਾਸ ਪ੍ਰਧਾਨ ਮੰਤਰੀ ਹੋਏ ਨੇ ਪੰਜਾਬ ਹਿੰਦੁਸਤਾਨ ਦੇ, ਔਰ ਬਿਲਕੁਲ ਫੇਲ ਪ੍ਰਧਾਨ ਮੰਤਰੀ ਦੇਸ਼ 'ਚ। ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ। ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈੱਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲਿਓ।